ਬਹੁਤ ਧੰਨਵਾਦ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਉਹਨਾਂ ਦੀ ਯੋਗਿਆ ਅਗਵਾਈ ਦੇ ਵਿੱਚ ਦਿਨ ਰਾਤ ਪੰਜਾਬ ਦੀ ਬਿਹਤਰੀ ਦੇ ਲਈ, ਪੰਜਾਬ ਦੇ ਵਿਕਾਸ ਲਈ ਕੰਮ ਚੱਲ ਰਿਹਾ। ਇਸ ਸੰਬੰਧ ਦੇ ਵਿੱਚ ਅਸੀਂ ਅੱਜ ਪਿੰਡ ਬਸੀ ਪੁਰਾਣੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ, ਔਰ ਲਗਾਤਾਰ ਕਿਉਂਕਿ ਰਾਤ ਹੋ ਗਈ ਹੈ ਔਰ ਲੋਕ ਇੰਤਜ਼ਾਰ ਵੀ ਕਰ ਰਹੇ ਸੀ, ਅਸੀਂ ਬਹੁਤ ਸਾਰੇ ਪਿੰਡਾਂ 'ਚ ਹੋ ਕੇ ਆਏ ਹਾਂ। ਸਵੇਰੇ ਸ਼ਹਿਰ ਦੇ ਵਾਰਡਾਂ 'ਚ ਸੀਗੇ, ਕੱਲ੍ਹ ਵੀ ਅਸੀਂ ਸ਼ਹਿਰ ਦੇ ਵਾਰਡਾਂ 'ਚ ਸੀਗੇ, ਸ਼ਾਮ ਨੂੰ ਪਿੰਡਾਂ 'ਚ ਸੀਗੇ। ਸੋ ਉਹਨਾਂ ਦਾ ਇੱਕ ਸਾਨੂੰ ਸਾਰੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਮੰਤਰੀਆਂ ਨੂੰ MLAs ਨੂੰ ਹੁਕਮ ਹੈ ਕਿ ਲੋਕਾਂ ਤੱਕ ਅਸੀਂ ਪਹੁੰਚਣਾ ਵੀ ਔਰ ਜਿੰਨੇ ਵੱਧ ਤੋਂ ਵੱਧ ਕੰਮ ਹੁੰਦੇ ਅਸੀਂ ਕਰਾਉਣਾ। ਹਾਲਾਂਕਿ ਸਾਰੇ ਲੋਕਾਂ ਨੂੰ ਇਹ ਪਤਾ ਵੀ ਸੈਂਟਰ 'ਚ BJP ਦੀ ਸਰਕਾਰ ਹੈ, ਪੰਜਾਬ ਗੌਰਮੈਂਟ ਦਾ ਜਿਹੜਾ ਸਾਡਾ ਫੰਡ ਹੈ 10,000 ਕਰੋੜ ਦਾ, ਜਿਹੜਾ ਲੈਣਾ ਅਸੀਂ ਉਹਨਾਂ ਕੋਲ, ਉਹ ਨਹੀਂ ਦੇ ਰਹੀ। ਉਹਦੇ ਬਾਵਜੂਦ ਵੀ ਜਿੰਨੇ ਵਿਕਾਸ ਕਰ ਰਿਹਾ ਪੰਜਾਬ ਸਰਕਾਰ ਆਪਣੇ ਦਮ 'ਤੇ ਕਰਾ ਸਕਦੀ, ਉਹਨੂੰ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਸਾਡੇ ਕੋਲ ਫੰਡ ਆ ਜਾਂਦਾ ਹੋਰ ਕੰਮ ਬਹੁਤ ਸਾਰੇ ਹੋਊਗੇ ਵਿਕਾਸ, ਬਿਲਕੁਲ ਨਿਸ਼ਚਿੰਤ ਰਹੀਓ। ਤਕਰੀਬਨ 25 ਲਾਈਟਾਂ ਅਤੇ ਮੈਂ ਕਹਿ ਸਕਦਾ 22 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦਾ ਔਰ ਉੱਤੇ ਦੁਆਰਾ ਰੋਡ ਦਾ ਕੰਮ ਜਿਹੜਾ ਹੈ, ਇਹ ਤਕਰੀਬਨ 25-25 ਲੱਖ ਰੁਪਏ ਦੀ ਲਾਗਤ ਨਾਲ ਕੰਮ ਹੋ ਰਿਹਾ। ਹੋਰ ਵੀ ਜਿਹੜੀਆਂ ਪਿੰਡ ਦੀਆਂ ਜ਼ਰੂਰਤਾਂ ਆ, ਚਾਹੇ ਟਿਊਬਵੈੱਲ ਚਾਹੀਦਾ, ਟੈਂਕੀ ਚਾਹੀਦੀ ਆ, ਸੋਲਰ ਸਿਸਟਮ ਚਾਹੀਦਾ, ਕਿਸੇ ਮੇਰੇ ਭੈਣ ਭਰਾ ਦੇ ਜਿਹੜਾ ਜ਼ਰੂਰਤਮੰਦ ਉਹਦੇ ਘਰ ਟੋਇਲਟ ਹੈ ਨਹੀਂ ਗੀ, ਉਹ ਦੱਸ ਸਕਦਾ। ਮੇਰੀ ਸਾਰੇ ਆਪਣੇ ਮੋਨੂ ਜੀ ਖੜ੍ਹੇ ਆ, ਬਿਮਲ ਜੀ ਆ, ਸਾਰੇ ਸਾਥੀਆਂ ਨੂੰ, ਜੋਗਿੰਦਰ ਜੀ ਆ, ਡਰੇਸ਼ ਹੈ, ਕੀ ਨਾਂ ਤੁਹਾਡਾ, ਵਰੁਣ ਹੈ। ਸੋ ਇਹ ਸਾਰੇ ਸਾਥੀਆਂ ਨੂੰ ਬੇਨਤੀ ਹੈ, ਉਹ ਵੀ ਆਪਾਂ ਨੋਟ ਕਰੀਏ, ਉਹ ਸਾਡੇ ਕੋਲ ਪਜਾਓ ਜ਼ਰੂਰ ਤੁਰੰਤ, ਆ ਕੇ ਉਹ ਵੀ ਆਪਾਂ ਉਹਨਾਂ ਦੇ ਉਹਨਾਂ ਨੂੰ ਟੋਇਲਟ ਵੀ ਉਹ ਬਣਾ ਕੇ ਦੇਵਾਂ। ਉਹਦੇ ਪੈਸੇ ਆਉਂਦੇ ਆ ਸਰਕਾਰ ਵੱਲੋਂ, ਉਹ ਅਸੀਂ ਤੁਰੰਤ ਦੇਵਾਂਗੇ, ਮਹਿਕਮਾ ਵੀ ਆਪਣਾ ਹੈ। ਅਤੇ ਹੋਰ ਵੀ ਜਿਹੜੀ ਕੋਈ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਨਾਲ ਖੜ੍ਹੇ ਹੋ ਕੇ ਪੂਰੀ ਕਰਦੇ ਰਹਾਂਗੇ, ਬਿਲਕੁਲ ਨਿਸ਼ਚਿਤ। ਤੁਹਾਡਾ ਪਿਆਰ ਔਰ ਆਸ਼ੀਰਵਾਦ ਸਾਨੂੰ ਚਾਹੀਦਾ, ਉਹੀ ਕਰਨਾ ਹੈ, ਉਹੀ ਕਰਨਾ ਹੈ, ਉਹੀ ਕਰਨਾ ਹੈ। ਕੱਲ ਪਰਸੋਂ ਸ਼ੁਰੂ ਕਰਾਂਗੇ, ਆ ਕੇ ਉਹਨੂੰ ਵੀ ਜਲਦ ਸ਼ੁਰੂ ਕਰ ਦਿਆਂਗੇ, ਔਰ ਬੱਚਿਆਂ ਦੀ ਐਜੂਕੇਸ਼ਨ ਬਿਹਤਰੀ ਦੇ ਕੰਮ ਕਰਦੇ ਰਹਾਂਗੇ। ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਇੱਕ ਸਕੂਲ ਬਜਵਾੜੇ ਦਾ ਆਜ਼ਾਦ ਤਾਂ ਗਿਆ, ਹਾਂਜੀ, ਉਹਦੇ ਵਿੱਚ ਤੁਸੀਂ ਦੇਖੋ ਚੰਗਾ ਭਲਾ ਸਕੂਲ ਜਿਹੜਾ ਆ ਉਹ ਜਾਣਦਾ, ਬੰਦ ਕਰਤਾ, ਪਤਾ ਨਹੀਂ 10 ਪਿੰਡਾਂ ਦੇ ਨਿਆਣੇ, 15 ਪਿੰਡਾਂ ਦੇ ਕਿੰਨੇ ਚਿਰ ਤੋਂ ਐਜੂਕੇਸ਼ਨ ਲੈ ਕੇ ਅਫਸਰ ਬਣੇ, ਡਾਕਟਰ ਬਣੇ, ਇੰਜੀਨੀਅਰ ਬਣੇ, ਪਤਾ ਕੀ ਬਣੇ, ਪਰ ਪਤਾ ਨਹੀਂ ਇਹਨਾਂ ਨੂੰ ਕੀ ਚੁੰਗ ਸੀ। ਆਪਣੇ ਤਾਂ ਸਕੂਲ ਖੋਲ੍ਹਿਓ ਆ ਜਿੱਥੇ 3-3 ਹਜ਼ਾਰ ਫੀਸ ਆਉਂਦੀ ਹੈ ਲੋਕ ਇਹਨਾਂ ਨੂੰ ਇਕੱਲੇ ਇਕੱਲੇ ਸਟੂਡੈਂਟ ਦੀ, ਅਤੇ ਜਿਹੜਾ ਇੱਕ 72-73 ਸਕੂਲ ਸੀ ਜਿੱਥੇ ਬੱਚੇ ਪੜ੍ਹਦੇ ਸੀ, ਔਰ ਸਭ ਤੋਂ ਵੱਡੀ ਗੱਲ ਸੀ 1899 ਦਾ ਸਕੂਲ ਹੈ, ਇਤਿਹਾਸ ਬਣ ਜਾਂਦਾ ਹੈ। ਮੈਂ ਅੱਗੇ ਵੀ ਇਹ ਗੱਲ ਕਹਿੰਦਾ ਵੀ ਜੇ ਤੁਸੀਂ NDA ਦੀ ਅਕੈਡਮੀ ਬਣਾਉਣੀ ਸੀ, ਉਹ ਥੋੜ੍ਹੀ ਜਗ੍ਹਾ ਸੀਗੀ ਪਿਛਵਾੜੇ ਕੋਲ, 10 ਕਿੱਲੇ ਜਗ੍ਹਾ ਪਈ ਆ, ਤੁਸੀਂ ਅਕੈਡਮੀ ਛੱਡ ਕੇ ਮਿਲਟਰੀ ਅਕੈਡਮੀ ਬਣਾਉਂਦੇ ਪੂਰੀ, ਕਿਹਨੇ ਰੋਕਿਆ ਸੀ? ਉਹ ਸਕੂਲ ਇਹਨਾਂ ਨੇ ਉਜਾੜਤਾ, ਅਸੀਂ ਕੋਸ਼ਿਸ਼ ਕਰਦੇ ਪਏ ਹਾਂ। ਲੇਕਿਨ ਉਹ ਜਦੋਂ ਅਸੀਂ ਨਵਾਂ ਸਕੂਲ ਖੋਲ੍ਹਦੇ ਉਹ 'ਚ ਇੱਕ ਦਿੱਕਤ ਆਉਂਦੀ ਹੈ, ਉਹ ਅਸੀਂ ਪਹਿਲਾਂ ਸਰਕਾਰ ਵੱਲੋਂ ਕੋਈ ਜਿਹੜਾ ਨਵਾਂ ਸਕੂਲ ਆ ਉਹ ਪ੍ਰਾਇਮਰੀ ਤੱਕ ਬਣਦਾ, ਪ੍ਰਾਇਮਰੀ ਤੋਂ ਬਾਅਦ ਫਿਰ 8th ਤੱਕ ਹੁੰਦਾ, ਫਿਰ ਜਾ ਕੇ ਹੁੰਦਾ। ਲੇਕਿਨ ਅਸੀਂ ਉਹ ਕੋਸ਼ਿਸ਼ ਕਰਦੇ ਹਾਂ, ਉਹਨੂੰ ਵੀ ਅਸੀਂ ਦੇਖਾਂਗੇ, ਲੇਕਿਨ ਆਹ ਜਿਹੜੇ ਉਸਾਰੀ ਹੈ ਜਿੱਥੇ ਜਿੱਥੇ ਆ ਅਸੀਂ ਕਰਦੇ ਰਹਾਂਗੇ। ਸੋ ਉਹ ਇੱਕ ਚੰਗਾ ਭਲਾ ਇਸ ਇਲਾਕੇ ਦੇ ਨਾਲ ਖਿਲਵਾੜ ਕੀਤਾ, ਲੇਕਿਨ ਕਹਿੰਦੇ ਨਾ ਪਰਮਾਤਮਾ ਫਿਰ ਆਪਣੇ ਆਪ ਹੀ ਇਨਸਾਫ ਕਰਦਾ, ਪਰਮਾਤਮਾ ਨੇ ਇਨਸਾਫ ਕੀਤਾ, ਫਿਰ ਲੋਕਾਂ ਦੇ ਮਨਾਂ 'ਚ ਗੱਲ ਪਾਈ। ਅਸੀਂ ਤੁਹਾਡੇ ਵਿੱਚ ਹਰ ਵੇਲੇ ਹਾਜ਼ਰ ਹਾਂ, ਹਰ ਵੇਲੇ ਦੁੱਖ ਸੁੱਖ 'ਚ ਵੀ ਹਾਜ਼ਰ ਹਾਂ, ਮੇਰੀ ਟੀਮ ਸਾਰੀ ਦਿਨ ਰਾਤ ਕੰਮ ਕਰ ਰਹੀ ਹੈ, ਮੇਰੇ ਅਧਿਕਾਰੀ ਅੱਛਾ ਕੰਮ ਕਰ ਰਹੇ, ਸੈਕਟਰੀ ਸਾਹਿਬ ਹੈ, ਜੈ ਸਹਿਬਾਨ ਹੈ, ਸਾਰੇ ਅੱਛਾ ਕੰਮ ਕਰ ਰਹੇ। ਪਰ ਤੁਹਾਡੇ ਪਿਆਰ ਔਰ ਆਸ਼ੀਰਵਾਦ ਦੀ ਲੋੜ ਸਾਨੂੰ ਪੈਣੀ ਹੈ ਸਾਰਿਆਂ ਨੂੰ, ਉਹ ਵੀ ਤੁਹਾਡੇ ਕੋਲ ਅਸੀਂ ਆ ਕੇ ਤੁਹਾਡੇ ਨਾਲ ਬਹਿ ਕੇ ਆ ਕੇ ਤੁਹਾਡੇ ਕੋਲ ਮੰਗਾਂਗੇ ਵੀ ਆਸ਼ੀਰਵਾਦ ਲੈਣ ਵੀ ਆਵਾਂਗੇ। ਸੋ ਜਿੱਦਾਂ ਜਿੱਦਾਂ ਜਿਹੜਾ ਕੰਮ ਹੈ ਮਾਤਾ ਜੀ ਨੇ ਦੱਸਿਆ ਕੁਛ ਆ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੇ,
ਸਭ ਨੂੰ ਇਨਸਾਫ ਦਵਾਉਣ ਦੀ ਵੀ ਕਰਦੇ ਰਹਿੰਦਾ। ਤੁਹਾਡੇ ਕੋਲ ਪਹਿਲਾਂ ਹੀ ਟੀਮ ਬੈਠੀ ਆ, ਸੈਸ਼ਨ ਚੌਂਕ 'ਚ ਆਫਿਸ ਆ, ਮੇਰਾ ਫੋਨ ਹੈ, ਜਿਹੜਾ ਮਰਜ਼ੀ ਜਦੋਂ ਮਰਜ਼ੀ ਆ। ਬਹੁਤ ਬਹੁਤ ਧੰਨਵਾਦ ਸਾਰਿਆਂ, ਬਹੁਤ 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 ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ, ਵੀ ਚਾਹੇ ਸੈਂਟਰ ਗੌਰਮੈਂਟ ਨੇ ਜਿੰਨਾ ਮਰਜ਼ੀ ਸਾਡੇ 'ਤੇ ਪ੍ਰੈਸ਼ਰ ਬਣਾ ਕੇ ਰੱਖਿਆ ਫੰਡ ਦੇਣ ਵੇਲੇ, RDF ਦਾ ਫੰਡ ਅੱਜ ਤੱਕ ਰਿਲੀਜ਼ ਨਹੀਂ ਕੀਤਾ, ਹਾਲ ਤੱਕ ਨਹੀਂ ਕਰਦੇ ਪਏ, BJP ਦੀ ਸਰਕਾਰ ਹੈ। ਲੇਕਿਨ ਉਹਦੇ ਬਾਵਜੂਦ ਪਿੰਡ ਦੇ ਜਿੰਨੇ ਵਿਕਾਸ ਕਾਰਜ ਜਿੰਨੇ ਹੈਗੇ ਆ, ਜਿੱਥੇ ਜਿੱਥੇ ਅਸੀਂ ਕਰ ਸਕਦੇ ਸਰਕਾਰ ਦੇ ਲੈਵਲ ਦੇ ਉੱਤੇ ਨਾਲ ਲੈ ਕੇ, ਸੋ ਮੈਂ ਇਹ ਅਸੀਂ ਹਰੇਕ ਪਿੰਡ 'ਚ ਕੋਸ਼ਿਸ਼ ਕੀਤੀ ਆ, ਹਰੇਕ ਵਾਰਡ 'ਚ ਸ਼ਹਿਰ ਦੇ ਵਿੱਚ ਕੋਸ਼ਿਸ਼ ਕੀਤੀ ਆ, ਪੂਰੇ ਜ਼ਿਲ੍ਹੇ 'ਚ ਕੋਸ਼ਿਸ਼ ਕੀਤੀ ਆ। ਜ਼ਿਲ੍ਹੇ ਦੇ ਵਿੱਚ ਕਿਤੇ ਪਿੰਡਾਂ ਦੇ ਵਿੱਚ ਕਿਸੇ ਨੇ ਟਿਊਬਵੈੱਲ, ਟੈਂਕੀ, ਸੋਲਰ ਸਿਸਟਮ ਮੰਗਿਆ, ਉਹ ਹਰੇਕ ਜਗ੍ਹਾ 'ਤੇ ਅਸੀਂ ਦਿੱਤਾ। ਔਰ ਲਗਾਤਾਰ ਮੈਂ ਸਾਰੇ ਪਿੰਡਾਂ ਨੂੰ ਪੁੱਛਦਾ ਵੀ ਰਹਿੰਦਾ ਵੀ ਜਿੱਥੇ ਜਿੱਥੇ ਜੋ ਡਿਮਾਂਡ ਆ ਫਿਰ ਵੀ ਸਾਨੂੰ ਨੋਟ ਕਰਾਉਂਦੇ ਰਹੋ, ਜਿੱਦਾਂ ਜਿੱਦਾਂ ਹੁੰਦਾ ਉਹਨੂੰ ਕਰ। ਸੋ ਮੈਂ ਜਤਿੰਦਰ ਹੋਣਾ ਦਾ, ਸਾਰੇ ਸਾਥੀਆਂ ਦਾ, ਅਸ਼ੋਕ ਭਲਵਾਨ ਦਾ, ਹੋਰ ਜਿੰਨੇ ਇੱਥੇ ਸਾਥੀ ਮੌਜੂਦ ਆ, ਉਸ ਦਾ ਕਹਿੰਦਾ ਨਾ ਭੁੱਲ ਜਾਂਦਾ ਬੰਦਾ ਕਈ ਵਾਰ। ਸੋ ਮੈਂ ਮਾਫ਼ੀ ਮੰਗਦਾ ਉਸ ਕੰਮ ਲਈ, ਲੇਕਿਨ ਲਗਾਤਾਰ ਕੰਮ ਕਰਦੇ ਰਹਾਂਗੇ। ਸੇਠੀ ਸਾਹਿਬ ਆਏ ਆ ਨਾਲ, ਠੀਕ ਹੈ ਨਾ ਜੀ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਲੇਕਿਨ ਲਗਾਤਾਰ ਅਸੀਂ ਲਾਈਟਾਂ ਦਾ ਹੁਣ ਕੰਮ ਹੋਇਆ ਇੱਥੇ ਥੋੜ੍ਹਾ ਜਿਹਾ, ਦੱਸ ਆਇਆ, ਹੋਰ ਲਾਈਟਾਂ ਵੀ ਤੁਹਾਨੂੰ ਆ ਰਹੀਆਂ। ਅਸੀਂ ਜਿੰਨਾ ਬਾਕੀ ਪਿੰਡ ਦਾ ਏਰੀਆ ਉਹ ਵੀ ਕਵਰ ਕਰਨਾ ਲਾਈਟਾਂ ਦੇ ਵਿੱਚ, ਉਹਨੂੰ ਵੀ ਕਰਾਂਗੇ। ਤਕਰੀਬਨ ਆਹ ਗਲੀ ਬਣੀ ਹੈ, 8 ਲੱਖ ਵੀ ਲਾਗਤ ਨਾਲ ਲਾਈਟਾਂ ਲੱਗੀਆਂ, ਕਿ 10 ਲੱਖ ਰੁਪਏ ਦਾ ਐਸਟੀਮੇਟ ਤੁਹਾਡਾ ਸੀਵਰ ਦਾ ਹੈ। ਇੱਥੋਂ ਕਿੱਥੇ ਤੱਕ ਹੈ ਬੇਟਾ? ਅੱਛਾ, ਉਹ ਉੱਥੇ ਤੱਕ ਹੈ, ਉਹ ਵੀ ਤੁਹਾਡਾ ਕੰਮ ਜਲਦ ਸ਼ੁਰੂ ਹੋ ਜਾਣਾ। ਉਹ ਜਲਦੀ ਕਰ ਰਹੇ ਸ਼ੁਰੂ ਸਰ? ਕੱਲ੍ਹ ਹੀ ਕਰ ਲਿਆ। ਬਸ ਠੀਕ ਹੈ, ਉਹਨੂੰ ਵੀ ਜਲਦ। ਸੋ ਜਿੰਨੇ ਵੀ ਪਿੰਡਾਂ ਦੇ ਪੈਂਡਿੰਗ ਕੰਮ ਹੈ ਅਸੀਂ ਕਰ ਦੇਣਾ। ਅਗਰ ਕੋਈ ਪਾਣੀ ਦੀ, ਅੱਛਾ ਇੱਕ ਮੈਂ ਹੋਰ ਗੱਲ ਕਰਨਾ, ਪਿੰਡ ਦੇ ਵਿੱਚ ਜਿਹਦੇ ਕਿਸੇ ਮਾਤੜ ਸਾਥੀ ਦੇ ਕਿਤੇ ਆਪਣੇ ਘਰ 'ਚ ਟੋਇਲਟ ਹੈ ਨਹੀਂ, ਉਹ ਜ਼ਰੂਰ ਮੈਨੂੰ ਨੋਟ ਕਰਕੇ ਨਾ, ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਆ, ਇੱਕ ਵਾਰੀ ਜ਼ਰੂਰ ਨੋਟ ਕਰਾਓ ਤਾਂ ਕਿ ਉਹਨਾਂ ਦੇ ਟੋਇਲਟਸ ਬਣ ਸਕਣ। ਕੋਈ ਸਰਕਾਰ ਵੱਲੋਂ ਕਿਸੇ ਪੈਸੇ ਦਾ ਘੱਟਾ ਨਹੀਂ। ਜੇ ਪਿੰਡ 'ਚ ਕਿਤੇ ਛੱਪੜ ਦਾ ਵਿਕਾਸ ਆ ਉਹਨੂੰ ਵੀ ਕਰਾਓ, ਜੇ ਪਿੰਡ 'ਚ ਕਿਤੇ ਬਹਿਣ ਨੂੰ ਜਗ੍ਹਾ ਚਾਹੀਦੀ ਆ ਉਹਨੂੰ ਅਸੀਂ ਆਪਣੇ ਪਿੰਡ 'ਚੋਂ ਕਿਤੇ ਫਰਜ਼ ਕਰ ਲਓ, ਆਪਣੇ 10-20 ਬੰਦੇ ਸਵੇਰੇ ਗੱਪਸ਼ਪ ਮਾਰਦੀ, ਕੋਈ ਪੋਲੀਟੀਕਲ ਗੱਲ ਵੀ ਕਰਨੀ ਹੈ, ਕੋਈ ਕੱਲ੍ਹ ਨੂੰ ਬੀਬੀਆਂ ਔਰ ਬੱਚੇ ਵੀ ਬਹਿ ਸਕਣ, ਕੋਈ ਇੱਦਾਂ ਦਾ ਇਲਾਕਾ ਵੀ ਸਾਡੇ ਕੋਲ ਹੋਊਗਾ 2-4-10 ਕਨਾਲ ਜਗ੍ਹਾ, ਉਹਨੂੰ ਅਸੀਂ ਸਪੋਰਟਸ ਪਾਰਕ ਬਣਾ ਕੇ ਬਹਿਣ ਨੂੰ, ਸੈਰ ਕਰਨ ਨੂੰ, ਸ਼ਾਮ ਨੂੰ ਪਿੰਡ ਵਾਲੇ ਗੱਪਸ਼ਪ ਮਾਰਨ ਨੂੰ, ਉਹ ਵੀ ਮੈਨੂੰ ਜ਼ਰੂਰ ਦੱਸੋ, ਉਹਨੂੰ ਵੀ ਜਲਦੀ ਤੁਹਾਨੂੰ ਸਾਹਮਣੇ ਕਰਾਂਗੇ, ਤੁਹਾਨੂੰ ਸਾਰਿਆਂ ਨਾਲ ਲੈ ਕੇ ਕਰਾਂਗੇ ਇਹਦਾ ਅੱਜ, ਤਾਂ ਕਿ ਉੱਥੇ ਅਸੀਂ ਵੀ ਕੱਲ੍ਹ ਨੂੰ ਆਈਏ, ਚਾਹ ਚਾਹ ਪੀ ਕੇ ਬੰਦਾ ਬਹਿ ਕੇ ਗੱਪਸ਼ਪ ਮਾਰੇ, ਥੱਲੇ ਬੈਠਾ ਹੋਵੇ, ਬਰਸਾਤ ਪੈਂਦੀ ਹੋਵੇ ਤਾਂ ਵੀ ਕੋਈ ਗੱਲ ਨਹੀਂ, ਵਧੀਆ ਤਾਂ ਗਜੀਬੋ ਜਿਹਾ ਬਣਿਆ ਹੋਵੇ ਬਹਿਣ ਨੂੰ, ਠੀਕ ਹੈ ਨਾ ਜੀ। ਇਹ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਇਹ ਨਾਲ ਨਾਲ ਨੋਟ ਕਰਾ ਦਿਓ, ਠੀਕ ਹੈ ਨਾ ਜੀ। ਜਤਿੰਦਰ ਭਾਅ ਜੀ ਤੁਸੀਂ ਨੋਟ ਕਰਾਉਂਦੇ ਰਹੋ, ਸਾਰਿਆਂ ਨੂੰ ਰਲ ਕੇ ਵੀ ਕੰਮ ਕਰਾਂ। ਸੋ ਮੈਂ ਸਾਰੇ ਪਿੰਡ ਵਾਸੀਆਂ ਦਾ, ਆਮ ਆਦਮੀ ਪਾਰਟੀ ਵੱਲੋਂ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ, ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ। ਧੰਨਵਾਦ ਹੈ ਬਹੁਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ, ਵੀ ਉਹਨਾਂ ਦੀ ਸਹਿਯੋਗਿਆ ਲੀਡਰਸ਼ਿਪ ਦੇ ਵਿੱਚ ਪੰਜਾਬ 'ਚ ਪਿੰਡਾਂ ਦੇ ਵਿਕਾਸ ਲਈ, ਸ਼ਹਿਰਾਂ ਦੇ ਵਾਰਡਾਂ ਦੇ ਵਿਕਾਸ ਲਈ, ਕਸਬਿਆਂ ਦੇ ਵਿਕਾਸ ਲਈ, ਸਪੋਰਟਸ ਦੇ ਲਈ, ਪਾਣੀ ਪੀਣ ਵਾਲੀਆਂ ਟੈਂਕੀਆਂ ਲਈ, ਲਗਾਤਾਰ ਜਿਹੜੇ ਆਪਾਂ ਡਿਵੈਲਪਮੈਂਟ ਦੇ ਕੰਮ ਕਰਨ ਦੇ ਲਈ ਸਾਰੇ ਉਹਨਾਂ ਦੇ MLA ਸੇਵਾਨ, ਮੰਤਰੀ ਸੇਵਾਨ ਪਿੰਡਾਂ 'ਚ ਪਹੁੰਚਦੇ ਆ। ਔਰ ਇਸ ਸੰਬੰਧ 'ਚ ਮੈਂ ਲਗਾਤਾਰ ਹਰੇਕ ਪਿੰਡ ਦੇ ਵਿੱਚ ਲਗਾਤਾਰ ਜਾਂਦਾ ਰਹਿੰਦਾ, ਔਰ ਪਿੰਡ ਵਾਲਿਆਂ ਨਾਲ ਬਹਿ ਕੇ ਸਮੱਸਿਆ ਨਾਲ ਆਪਣੇ ਸਾਥੀ ਜਿਹੜੀ ਟੀਮ ਆਮ ਆਦਮੀ ਪਾਰਟੀ ਦੀ ਔਰ ਬਾਕੀ ਪਿੰਡ ਦੇ ਪਤਵੰਤ ਸੱਜਣ ਜਾਂ ਪਿੰਡ ਦੇ ਸਰਪੰਚ ਪੰਚਾਂ ਨੂੰ ਨਾਲ ਲੈ ਕੇ ਅਸੀਂ ਵਿਕਾਸ ਕਾਰਜਾਂ ਨੂੰ ਪੁੱਛੀਦਾ। ਔਰ ਅੱਜ ਇੱਥੇ ਆਪਾਂ ਤਕਰੀਬਨ 12 ਲੱਖ ਰੁਪਏ ਦੀ ਲਾਗਤ ਨਾਲ, ਜਿਹਦੇ ਵਿੱਚ ਪਿੰਡ ਦੀਆਂ ਲਾਈਟਾਂ ਵੀ ਸੀ,
ਗਲੀਆਂ ਦੀ ਡਿਵੈਲਪਮੈਂਟ ਵੀ ਹੈ, ਇਹ ਕੰਮ ਅੱਜ ਸ਼ੁਰੂਆਤ ਕੀਤੀ ਆ, ਕੁਛ ਕੰਪਲੀਟ ਹੋਏ ਆ, ਕੁਛ ਚੱਲਦੇ ਪਏ ਆ, ਲਾਈਟਾਂ 10 ਤੋਂ ਜ਼ਿਆਦਾ ਲੱਗ ਗਈਆਂ, ਹੋਰ ਲਗਾਉਣ ਜਾ ਰਹੇ ਹਾਂ, ਨਾਲ ਹੋਰ ਵੀ ਆਊਗੀਆਂ। ਸੋ ਇਹਦੇ ਨਾਲ ਨਾਲ ਇਹਨਾਂ ਨੇ ਪਿੰਡ ਦੇ ਟੈਂਕੀ ਦੇ ਲਈ ਫਰਮਾਇਸ਼ ਕੀਤੀ ਆ, ਸੋ ਉਹਦੇ ਲਈ ਵੀ ਡਿਪਾਰਟਮੈਂਟ ਨੂੰ ਕਹਿਤਾ ਉਹ ਵੀ ਜਲਦ ਆਪਾਂ ਟਿਊਬਵੈੱਲ ਟੈਂਕੀ ਸੋਲਰ ਸਿਸਟਮ ਜੋ ਚਾਹੀਦਾ ਉਹਦੇ ਵੀ ਜਲਦ ਕਰ। ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਜਿਹੜਾ ਹੈਗਾ, ਹਰੇਕ ਪਿੰਡ ਸ਼ਹਿਰ, ਹਰੇਕ ਜ਼ਿਲ੍ਹਾ, ਹਰੇਕ ਕਸਬਾ, ਹਰੇਕ ਵਾਰਡ ਸ਼ਹਿਰ ਦਾ, ਜਿੱਥੇ ਜਿੱਥੇ ਜਿਹੜੇ ਕੰਮ ਜ਼ਰੂਰੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਕਰਾ ਰਹੇ ਹਾਂ। ਹਾਲਾਂ ਤੱਕ ਕਿ ਮੈਂ ਕਹਿ ਸਕਦਾ ਵੀ RDF ਦਾ ਪੈਸਾ ਜਿਹੜਾ ਸਰਕਾਰ ਨੇ, ਸੈਂਟਰ ਗੌਰਮੈਂਟ ਨੇ, BJP ਸਰਕਾਰ ਨੇ ਸਾਡਾ ਰੋਕ ਕੇ ਰੱਖਿਆ, ਉਹਦੇ ਬਾਵਜੂਦ ਵੀ ਮੁੱਖ ਮੰਤਰੀ ਦੇ ਇਹ ਨਿਰਦੇਸ਼ ਹੈਗੇ ਆ ਵੀ ਹਰੇਕ ਪਿੰਡ 'ਚ ਜਿੰਨਾ ਬਹੁਤ ਜ਼ਰੂਰੀ ਕੰਮ ਆ ਉਹਨੂੰ ਜ਼ਰੂਰ ਕਰਾਇਆ ਜਾਵੇ। ਤੋ ਅੱਜ ਪਿੰਡ ਬਿਲਾਸਪੁਰ ਦੇ ਵਿੱਚ ਸਾਰੇ ਮੇਰੇ ਸਾਥੀ, ਸਾਡੇ ਪੂਰਵ ਸਰਪੰਚ ਸਵਾਨ ਸੁਰਜੀਤ ਜੀ, ਸਾਡੇ ਸੂਬੇਦਾਰ ਸਾਹਿਬ, ਹੋਰ ਜਿੰਨੇ ਸਾਥੀ ਇੱਥੇ ਮੌਜੂਦ ਆ, ਪਵਨ ਸ਼ਰਮਾ ਜੀ ਹੈ, DP ਜੀ ਹੈ, ਸਾਰੇ ਸਾਥੀ ਰਲ ਕੇ ਪਿੰਡ ਦੀ ਡਿਵੈਲਪਮੈਂਟ ਲਈ ਕਿਹਾ, ਜਿਹੜਾ ਅੱਜ ਇੱਕ 10 ਲੱਖ ਰੁਪਏ ਦੀ ਉਸਾਰੀ ਨਾਲ ਕੰਮ ਚਾਲੂ ਹੋਇਆ, ਜਿਹ 'ਚ ਪਿੰਡ 'ਚ ਪਾਈਪਲਾਈਨ ਹੈ ਪਾਉਣ ਲਈ, ਔਰ ਕੋਈ ਟਾਈਲਾਂ ਦਾ ਵਰਕ ਹੈ, ਜੋ ਇੱਥੇ ਜ਼ਰੂਰਤ ਹੈ ਉਹਨੂੰ ਸ਼ੁਰੂਆਤ ਕਰਾਈ ਗਈ ਹੈ। ਸਾਡੇ ਜਦੋਂ ਸਾਡਾ RDF ਦਾ ਪੈਸਾ ਅਲਟੀਮੇਟਲੀ ਉਹਨੂੰ ਦੇਣਾ ਪੈਣਾ, ਜਿੱਦਾਂ ਹੋਰ ਆਏਗਾ ਮੈਨੂੰ ਪਤਾ ਹਾਲ ਤੱਕ ਮੈਂ, ਲੇਕਿਨ ਦੋਨੋਂ ਪੁਲ ਜਿਹੜੇ ਆ ਇੱਥੇ ਬਿਲਾਸਪੁਰ ਵਾਲਾ ਤੁਹਾਡਾ, ਹਾਂਜੀ, ਉਹਨੂੰ ਨਵਾੜ 'ਚ ਪਵਾ ਲਿਆ, ਪਾਸ ਕਰਾ ਲਿਆ, ਜਲਦ ਉਹ ਵੀ ਆਪਾਂ ਚਾਲੂ ਕਰ ਦਿੰਦੇ, ਉਹਨੂੰ ਚਾਲੂ ਕਰਦੇ ਕਿ ਇੱਥੇ ਵਾਲਾ ਇੱਕ ਬੂਥ, ਉੱਥੇ ਵਾਲਾ ਇੱਕ ਹੋਰ ਕਿਹੜਾ ਜੀ ਪਵਨ ਜੀ, ਬੂਥਗੜ੍ਹ ਵਾਲਾ, ਇਹ ਦੋਨੋਂ ਆਪਾਂ ਪਵਾ ਲਿਆ। ਹੋਰ ਵੀ ਮੈਂ ਇਹਨਾਂ ਨੂੰ ਕਿਹਾ, ਜਿਹੜੀਆਂ ਛੋਟੀਆਂ ਚੋਈਆਂ ਹੈਗੀਆਂ ਜਿਹੜੇ ਨੰਗਲ 'ਚ ਬਰਸਾਤ 'ਚ ਦਿੱਕਤ ਕਰਦੀਆਂ, ਉਹ ਵੀ ਮੈਂ ਇਹਨਾਂ ਨੂੰ ਕਿਹਾ ਤਾ ਵੀ ਪਲਾਨ ਕਰਕੇ ਅਸੀਂ ਉਹਨਾਂ ਨੂੰ ਦਿੱਕਤ। ਸੋ ਬਿਲਕੁਲ ਨਿਸ਼ਚਿੰਤ ਰਹੀਏ, ਕਿਸੇ ਵੀ ਪਿੰਡ ਨੂੰ ਅਗਰ ਟਿਊਬਵੈੱਲ ਦੀ, ਟੈਂਕੀ ਦੀ ਔਰ ਸੋਲਰ ਸਿਸਟਮ ਦੀ ਲੋੜ ਹੈ, ਕਿਉਂਕਿ ਆਪਣੇ ਮਹਿਕਮੇ ਕੋਲ ਆ, ਪਬਲਿਕ ਹੈਲਥ ਕੋਲ ਆ, ਉਹਨੂੰ ਮੈਂ ਲਗਾਤਾਰ ਪਿੰਡਾਂ 'ਚ ਅਪ ਕਹਿੰਦਾ ਰਹਿੰਦਾ, ਮੈਨੂੰ ਸਿਰਫ ਪਿੰਡ ਆਪਣੀ ਜ਼ਰੂਰਤ ਦੱਸ ਦੇਵੇ ਵੀ ਸਾਨੂੰ ਪ੍ਰੋਜੈਕਟ ਦੀ ਲੋੜ ਹੈ, ਜਿੱਥੇ ਹੈਗੀ ਆ ਉੱਥੇ ਮੈਂ ਆਪ ਮੰਗ ਕੇ ਗਿਆ ਵੀ ਆਪਾਂ ਨੂੰ ਚਾਲੂ ਕਰਾਈਏ। ਸੋ ਮੇਰੀ ਪਿੰਡ ਵਾਲਿਆਂ ਨੂੰ ਨਿਵੇਦਨ ਹੈ, ਜਿੱਥੇ ਜਿੱਥੇ ਕੋਈ ਤੁਹਾਨੂੰ ਇਹ ਲੱਗਿਆ ਮਹਿਸੂਸ ਹੋਏਗਾ ਮੈਨੂੰ ਦੱਸੋ, ਉਹਨੂੰ ਵੀ ਤੁਰੰਤ ਚਾਲੂ ਕਰੋ। ਬਿਜਲੀ ਕਨੈਕਸ਼ਨ ਰਹਿੰਦਾ ਪਵਨ ਜੀ, ਬਿਜਲੀ ਕਨੈਕਸ਼ਨ ਜਿਹਨੂੰ ਜਿਹਨੂੰ ਪਿੰਡ ਵਾਲਿਆਂ ਨੂੰ, ਮੈਂ ਸਾਰਿਆਂ ਨੂੰ ਤੁਹਾਨੂੰ ਆਪੇ ਡਿਊਟੀ ਤੁਹਾਨੂੰ ਦੱਸਦਾ ਹੁੰਦਾ, ਸਾਰੇ ਮੋਤਵਾਰ ਖੜੇ ਹੈ, ਇੱਕ ਜਿਹਦੇ ਟੋਇਲਟ ਬਲੋਕ ਨਹੀਂ ਹੈਗਾ ਪਿੰਡ 'ਚ, ਠੀਕ ਆ, ਕੋਈ ਕਮੀ ਨਹੀਂ ਆ ਪੈਸੇ ਵੱਲੋਂ, ਤੁਹਾਨੂੰ ਤੁਰੰਤ ਸ਼ੁਰੂਆਤ ਕਰਾਉਣੀ ਤੁਸੀਂ, ਮੇਰਾ ਉਹ ਵੀ ਆਪਣੇ ਮਹਿਕਮੇ ਦੇ ਕੋਲ ਹੀ ਆ, CM ਸਾਹਿਬ ਨੇ ਇਹਦੀ ਜ਼ਿੰਮੇਵਾਰੀ ਦਿੱਤੀ ਹੋਇਆ, ਉਹ ਵੀ ਤੁਸੀਂ ਤੁਰੰਤ ਕਰਾ ਲਓ। ਜੇ ਕਿਸੇ ਦੀ ਰਹਿੰਦੀ ਹੈ ਤੇ ਮੇਰੇ ਪਿੰਡ ਦੇ ਪਤਵੰਤ ਸੱਜਣ ਨੂੰ, ਉਹਦਾ ਸਿਰਫ ਮੈਨੂੰ ਇਨਫੋਰਮ ਕਰੋ ਵੀ ਇੰਨੇ ਬੰਦਿਆਂ ਦੇ ਫਾਰਮ ਭਰ ਕੇ ਇਹਨਾਂ ਚਾਲੂ, ਉਹ ਵੀ ਤੁਰੰਤ ਕਰਾਓ, ਇਹ ਜ਼ਰੂਰ ਬਾਤ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ, ਹਰੇਕ ਵਿਧਾਨ ਸਭਾ 'ਚ, ਔਰ ਮੈਂ ਆਪਣੀ ਵਿਧਾਨ ਸਭਾ ਦੀ ਗੱਲ ਕਰਾਂ, ਲਗਾਤਾਰ ਹਰੇਕ ਵਾਰਡ 'ਚ, ਹਰੇਕ ਪਿੰਡ ਦੇ ਵਿੱਚ ਕੰਮ ਜਿਹੜਾ ਹੈ ਡਿਵੈਲਪਮੈਂਟ ਦੇ ਚੱਲ ਰਹੇ ਆ। ਅੱਜ ਮੈਂ ਕਿਉਂਕਿ ਲੇਟ ਹੋਣ ਦਾ ਕਾਰਨ ਹੈ, ਸਵੇਰ ਦੇ ਅਸੀਂ ਪਹਿਲਾਂ ਸ਼ਹਿਰ ਦੇ ਬਹੁਤ ਸਾਰੇ ਵਾਰਡਾਂ ਦੇ ਉਦਘਾਟਨ ਅੱਜ ਵੀ ਕੀਤੇ ਆ, ਕੱਲ੍ਹ ਵੀ ਕੀਤੇ ਆ, ਔਰ 30 ਕਰੋੜ ਰੁਪਏ ਤੋਂ ਜ਼ਿਆਦਾ ਦੇ ਕੰਮ ਹੋਏ ਆ। ਇੱਦਾਂ ਹੀ ਪਿੰਡਾਂ ਦੇ ਵਿਕਾਸ ਦੇ ਲਗਾਤਾਰ ਜਿੱਥੋਂ ਜਿੱਥੋਂ ਸਾਨੂੰ ਜੋ ਜੋ ਪਿੰਡ ਵੱਲੋਂ ਦੱਸਿਆ ਜਾਂਦਾ, ਪੰਚਾਇਤ ਵੱਲੋਂ ਦੱਸਿਆ ਜਾਂਦਾ, ਪਿੰਡ ਦੇ ਜਿਹੜੇ ਸਾਡੇ ਪਤਵੰਤੇ ਸੱਜਣਾ ਉਹ ਦੱਸਦੇ ਆ, ਸਾਡੀ ਪਾਰਟੀ ਦੇ ਬੰਦੇ ਦੱਸਦੇ ਆ ਜਿਨ੍ਹਾਂ ਨੇ ਸਾਡਾ ਦਿਨ ਰਾਤ ਪਾਰਟੀ ਨੇ ਵੀ ਕੰਮ ਕੀਤਾ, ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਔਰ ਤਕਰੀਬਨ 15 ਲੱਖ ਰੁਪਏ ਦੀ ਲਾਗਤ ਦਾ ਇਹ ਪਹਿਲਾਂ ਇੱਥੇ ਸੀਵਰ ਪਿਆ, ਸੀਵਰ ਪੈ ਰਿਹਾ, ਔਰ ਉੱਤੇ ਜਿਹੜੀ ਗਲੀ ਬਣੇਗੀ,
ਹੋਰ ਵੀ ਇਹਨਾਂ ਨੇ ਭੈਣ ਜੀ ਹੋਣਾ ਨੇ ਗੱਲ ਕੀਤੀ ਆ, ਇੱਕ ਹੋਰ ਕਿਸੇ ਗੱਲ ਦੀ, ਉਹਨੂੰ ਵੀ ਜਲਦ ਬਣਾਵਾਂਗੇ। ਤੁਸੀਂ ਬਿਲਕੁਲ ਨਿਸ਼ਚਿੰਤ ਰਹੀਓ, ਤੁਹਾਨੂੰ ਕਿਸੇ ਚੀਜ਼ ਦੀ ਅਸੀਂ ਨਹੀਂ ਆ। ਵਾਟਰ ਸਪਲਾਈ ਦੇ ਜਿੰਨੇ ਅੱਜ ਤੱਕ ਕੰਮ ਰਿਕਾਰਡ ਤੋੜ ਕੰਮ ਹੋਏ ਆ, ਜਿਸ ਪਿੰਡ ਨੇ ਵੀ ਟਿਊਬਵੈਲ ਟੈਂਕੀ ਔਰ ਸੋਲਰ ਸਿਸਟਮ ਮੰਗਿਆ 1 ਕਰੋੜ ਰੁਪਏ ਦਾ, ਉਹ ਅਸੀਂ ਤੁਰੰਤ ਦਿੱਤਾ ਉਸ ਪਿੰਡ ਨੂੰ। ਹੁਣ ਵੀ ਜਿਸ ਪਿੰਡ ਦੀ ਕੋਈ ਰਿਕੁਆਇਰਮੈਂਟ ਹੋਏਗੀ ਸਪੋਰਟਸ ਦੇ ਲਈ, ਪਵਨ ਜੀ ਖੜ੍ਹੇ ਆ, ਪੰਚ ਵੀ ਆ, ਪਿੰਡ ਦੇ ਪਤਵੰਤ ਵੀ ਆ, ਸਾਡੀ ਪਾਰਟੀ ਲਈ ਵੀ ਕੰਮ ਕਰਦੇ ਆ, ਬੈਂਕ ਦੇ ਮੈਨੇਜਰ ਵੀ ਆ, ਔਰ ਇੱਦਾਂ ਮੇਰੇ ਆਹ ਅਫਸਰ ਸਾਹਿਬਾਨ ਬਹੁਤ ਵਧੀਆ ਖੜ੍ਹੇ ਸਾਰੇ। ਇਹ ਸਾਰੇ ਮੈਂ ਇਹਨਾਂ ਕੋਲ ਵੀ ਸਾਰਿਆਂ ਕੋਲ ਇਹੀ ਉਮੀਦ ਕਰਦਾ ਵੀ ਕੰਮ ਜਿਹੜਾ ਹੈ ਬਹੁਤ ਵਧੀਆ ਲੈਵਲ ਦਾ ਕਰਾਊਗੀ। ਮੈਂ ਇਹਨਾਂ ਨੂੰ ਹਮੇਸ਼ਾ ਕਿਹਾ ਵੀ ਹਿਸਟਰੀ ਉੱਥੇ ਰਹਿੰਦੀ ਹੈ ਜਿੱਥੇ ਅਸੀਂ ਅੱਛਾ ਕੰਮ ਕਰਦੇ। ਦੇਖੋ ਇਤਿਹਾਸ ਦੇ ਵਿੱਚ ਉੱਥੇ ਹੀ ਰਹਿੰਦਾ ਵੀ ਲੋਕਾਂ ਨੇ ਲਾਇਆ ਵੀ ਉਸ ਵੇਲੇ ਕੰਮ ਹੋਇਆ ਸੀ, ਫਲਾਣਾ ਫਲਾਣਾ ਅਫਸਰ ਸੀ। ਆਪਾਂ ਇਸ ਗੱਲ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਨੂੰ। ਸੋ ਮੈਂ ਤਾਂ ਲਗਾਤਾਰ ਲੋਕਾਂ ਦੇ ਵਿੱਚ ਰਹਿਣਾ, ਮੈਂ ਤਾਂ ਲੋਕਾਂ ਨੂੰ ਪਹਿਲਾਂ ਵੀ ਇੱਕ ਗੱਲ ਕਹੀ ਸੀ ਵੀ ਜੇ ਤੁਸੀਂ ਮੈਨੂੰ MLA ਬਣਾਇਆ ਤਾਂ ਬਾਕੀ ਦਾ ਕੰਮ ਪਾਰਟੀ ਨੇ ਜਾਂ ਸਰਕਾਰ ਨੇ ਕਰਨੇ ਹੁੰਦੇ ਵੀ ਜੀ ਆਹ ਕਰਨਾ, 600 ਯੂਨਿਟ ਬਿਜਲੀ ਦਾ ਮਾਫ਼ ਕਰਤਾ, ਜੇ ਬਾਕੀ ਪ੍ਰੋਮਿਸ ਸਾਰੇ ਪਾਰਟੀ ਦੇ ਆ, ਸਰਕਾਰ ਦੇ ਹੋਣੇ ਆ। ਲੇਕਿਨ ਮੇਰਾ ਇੱਕ ਪ੍ਰੋਮਿਸ ਆ ਵੀ ਮੈਂ ਤੁਹਾਨੂੰ ਮਿਲਣਾ ਜ਼ਰੂਰ, ਹਰ ਜਦੋਂ ਜਦੋਂ ਮੈਨੂੰ ਆਵਾਜ਼ ਮਾਰੂਗੇ ਉਦੋਂ ਜ਼ਰੂਰ ਆਊਂਗਾ। ਪਵਨ ਉਹਨਾਂ ਨੇ ਜਿੰਨੀ ਵਾਰੀ ਆਵਾਜ਼ ਮਾਰੀ ਆ ਮੈਨੂੰ ਦੱਸੋ ਜੀ, ਕਿੰਨੀ ਵਾਰੀ ਮੈਂ ਤੁਹਾਡੇ ਵਿੱਚ ਆਪੇ ਦੱਸ ਦਿਓ ਕਿੰਨੀ ਵਾਰੀ ਤੁਸੀਂ ਬੁਲਾਇਆ ਉਦੋਂ ਹੀ ਆਇਆ। ਮੇਰਾ ਖਿਆਲ ਆ 6-7 ਵਾਰੀ ਜ਼ਿਆਦਾ ਹੀ ਹੋ ਗਿਆ, ਜ਼ਿਆਦਾ ਹੋ ਗਿਆ। ਮੈਂ ਕਦੀ ਨਾਂਹ ਨਹੀਂ ਕੀਤੀ, ਲਗਾਤਾਰ ਹੋਰ ਵੀ ਛੋਟੀਆਂ ਮੋਟੀਆਂ ਸਮੱਸਿਆਵਾਂ ਵੀ ਰਹਿੰਦੀਆਂ, ਮੰਗਾਂ ਵੀ ਰਹਿੰਦੀਆਂ, ਉਹਨੂੰ ਵੀ ਜਲਦ ਪੂਰਾ ਕਰਾਂਗੇ। ਹੋਰ ਦੱਸੋ ਬਸ ਜੀ, ਤੁਸੀਂ ਆਸ਼ੀਰਵਾਦ ਦੇਣਾ ਬਸ ਹਮੇਸ਼ਾ ਹੀ। ਲੈ ਬਹੁਤ ਅੱਛਾ, ਪਾਰਟੀ ਦੇ ਬਾਕੀ ਆ ਦੀਪੀ ਜੀ ਆ, ਰਜਿੰਦਰ ਜੀ ਆ, ਸਾਰੇ ਬਹੁਤ ਅੱਛਾ ਕੰਮ ਕਰਦੇ ਦਿਨ ਰਾਤ। ਇਹ ਦੇਖੋ ਇਹ ਜਿੰਨੇ ਮੇਰੇ ਹੈਗੇ ਸਾਥੀ ਹੈ ਇਹ ਕਾਹਦੇ ਲਈ ਅੱਗੇ ਆ ਕੇ ਕੰਮ ਕਰਦੇ, ਆਪਣਾ ਟਾਈਮ ਦਿੰਦੇ ਆ, ਵੀ ਇਹ ਲੋਕਾਂ ਦਾ ਕੰਮ ਹੁੰਦਾ। ਇਸ ਕਰਕੇ ਇਹਨਾਂ ਨੇ ਪਾਰਟੀ ਦੇ ਮੇਰੇ ਤੋਂ ਪਹਿਲਾਂ, ਸਾਡੀ ਸਰਕਾਰ ਆਉਣ ਤੋਂ ਪਹਿਲਾਂ ਵੀ ਬਹੁਤ ਕੰਮ ਕੀਤਾ, ਦਿਨ ਰਾਤ ਕੀਤਾ ਇਹਨਾਂ ਸਾਰਿਆਂ ਨੇ। ਦੀਪੀ ਭਾਜੀ ਨੇ, ਇਹਨਾਂ ਦੇ ਭਤੀਜੇ ਨੇ, ਰਜਿੰਦਰ ਨੇ, ਕੋਈ ਨਹੀਂ ਦੇਖਿਆ ਦਿਨ ਰਾਤ। ਰਜਿੰਦਰ ਨੇ ਤਾਂ 5 ਦਿਨ ਸਾਡੇ ਨੇ ਅਨਸ਼ਨ ਗਣ ਕੇ ਰਿਕਾਰਡ ਤੋੜਿਆ ਸੀ ਕਿ ਉਹ ਗਰੀਬਾਂ ਦੇ ਵਜ਼ੀਫੇ ਨਹੀਂ ਮਿਲੇ, ਹੈ ਇਹਦੇ ਕਰਕੇ ਮੈਨੂੰ ਲੱਗਦਾ ਉਹ ਜਿਹੜਾ ਧਰਮਸੋਤ ਵਾਲਾ ਕਲਿਆਣ ਤਦੀ ਹੋਇਆ ਹੈ ਨਾ। ਸੋ ਬਹੁਤ ਬਹੁਤ ਧੰਨਵਾਦ ਆ ਸਾਰੇ। ਇਹ ਮੈਂ ਹੁਣ ਅੱਗੇ ਵੀ ਜਾਣਾ, ਉਹਦੇ ਵੇਟ ਕਰਦੇ ਹੁਣ, ਉਹਨੂੰ ਮਾਫ਼ੀ ਚਾਹੁੰਦਾ, ਫਿਰ ਬੈਠਾ ਗਿਆ, ਹੋ ਜੂਗਾ ਭੈਣ ਜੀ ਬਾਕੀ ਕੰਮ। ਬਹੁਤ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਦਾ ਵੀ ਲਗਾਤਾਰ ਪਿੰਡਾਂ ਦੇ ਵਿਕਾਸ ਲਈ, ਸ਼ਹਿਰ ਦੇ ਵਿਕਾਸ ਲਈ, ਵਾਰਡਾਂ ਦੇ ਵਿਕਾਸ ਲਈ ਕਿਸੇ ਪਾਸੇ ਕੋਈ ਕੋਰ ਕਸਰ ਨਹੀਂ ਛੱਡੀ ਜਾ ਰਹੀ, ਔਰ ਪੂਰੇ ਹੁਸ਼ਿਆਰਪੁਰ 'ਚ ਲਗਭਗ 30 ਕਰੋੜ ਰੁਪਏ ਦੀ ਡਿਵੈਲਪਮੈਂਟ ਦੇ ਨਾਲ ਜਿਹੜੇ ਕੰਮ ਅੱਜ ਤੱਕ ਹੋਏ ਆ ਉਹ ਚੱਲ ਰਹੇ ਆ ਵਿਕਾਸ ਦੇ ਕਾਰਜ, ਜਿਹ 'ਚ ਟਿਊਬਵੈਲ ਵੀ ਲੱਗਿਆ, ਸਭ ਤੋਂ ਜ਼ਿਆਦਾ ਟਿਊਬਵੈਲ ਇਸ ਟਰਮ ਦੇ ਵਿੱਚ ਲੱਗਿਆ ਪਹਿਲੀ ਵਾਰ ਆ, ਔਰ ਉਹਦੇ ਨਾਲ ਨਾਲ ਅੱਜ ਵਾਰਡ ਨੰਬਰ 20 ਕੀਰਤੀ ਨਗਰ ਦੇ ਵਿੱਚ ਜਸਵੰਤ ਕਾਲਾ ਜੀ ਸਾਡੇ ਇੱਥੇ ਕੌਂਸਲਰ ਆ, ਮੇਰੇ ਨਾਲ ਸ਼ਹਿਰ ਦੇ ਮੇਅਰ ਸਤਿੰਦਰ ਕੁਮਾਰ ਛਿੰਦਾ ਜੀ, ਭੈਣ ਪ੍ਰਵੀਨ ਸੈਣੀ ਜੀ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਭੈਣ ਰਣਜੀਤਾ ਚੌਧਰੀ, ਹੋਰ ਇਲਾਕੇ ਦੇ ਜਿੰਨੇ ਪਤਵੰਤੇ ਸੱਜਣ ਧਾਮੀ ਸਾਹਿਬ ਸਾਡੇ ਨਾਲ ਖੜ੍ਹੇ ਆ, ਸਾਡੇ ਅਫਸਰ ਸਾਹਿਬਾਨ, ਐਕਸ਼ਨ ਸਾਹਿਬਾਨ ਇੱਥੇ ਮੌਜੂਦ ਆ, ਹਰਪ੍ਰੀਤ ਜੀ, ਅਸੀਂ ਸਿਰਫ ਇੱਕ ਗੱਲ ਚਾਹੁੰਦੇ ਹਾਂ ਵੀ ਅੱਛਾ ਕਰੇ ਔਰ ਵਿਕਾਸ ਦਾ ਕਰੇ ਲਗਾਤਾਰ ਚੱਲਦਾ ਰਹੇ। ਔਰ ਅੱਜ ਕੀਰਤੀ ਨਗਰ ਦੇ ਇਸ ਏਰੀਆ ਦੇ ਵਿੱਚ ਜਿੱਥੇ ਤਾਂ ਕਾਫੀ ਡਿਵੈਲਪਮੈਂਟ ਦਾ ਕੰਮ ਹੋਰ ਵੀ ਬਾਕੀ ਪਿਆ, ਤਕਰੀਬਨ 9 ਲੱਖ ਰੁਪਏ ਲਾਗਤ ਦੇ ਨਾਲ ਪਹਿਲਾ ਕੰਮ ਅਸੀਂ ਇਹਨੂੰ ਕੰਪਲੀਟ ਕਰਾਂਗੇ। ਉਹਦੇ ਨਾਲ ਇੱਕ ਛੋਟੇ ਸੀਵਰ ਦਾ ਛੋਟੀ ਗਲੀ ਉਹਦਾ ਕਹਿਤਾ ਆ, ਇੱਕ ਇੱਧਰਲਾ ਪਾਸਾ ਇਸ ਗਲੀ ਦਾ ਕਹਿਤਾ, ਇਹਦੇ ਵਿੱਚ ਜਲਦ ਐਸਟੀਮੇਟ ਤਿਆਰ ਹੋ ਕੇ ਇਹਨਾਂ ਦਾ ਕੰਮ ਵੀ ਜਲਦ ਸ਼ੁਰੂ ਕਰ ਦੇ। ਹੋਰ ਜੈ ਹਿੰਦ ਜੀ ਸਰ, 35 ਲੱਖ ਦੇ ਜਿਹੜੇ ਕੰਮ ਮੇਰੇ ਜਿਹੜੇ ਆ ਨਾ ਇਸ ਲਈ ਹੋ ਰਹੇ ਇੱਥੇ, ਬਸ ਠੀਕ ਹੈ, ਉਹਨਾਂ ਨੂੰ ਜਲਦ ਸ਼ੁਰੂ ਕਰਾਂਗੇ। ਹਾਂਜੀ, ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੈਂ ਕਹਿ ਸਕਦਾ ਪੂਰੇ ਪੰਜਾਬ ਦੇ ਹਰੇਕ ਪਿੰਡ 'ਚ, ਹਰੇਕ ਜ਼ਿਲ੍ਹੇ 'ਚ, ਹਰੇਕ ਵਾਰਡ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਆ। ਔਰ ਅੱਜ ਵਾਰਡ ਨੰਬਰ 22 ਦੇ ਵਿੱਚ ਸਾਡੇ ਜਗਰੂਪ ਧਾਮੀ ਜੀ ਇੱਥੋਂ ਕੌਂਸਲਰ ਹੈ, ਮੇਰੇ ਨਾਲ ਮੇਅਰ ਸਤਿੰਦਰ ਕੁਮਾਰ ਛਿੰਦਾ ਜੀ, ਭੈਣ ਪ੍ਰਵੀਨ ਸੈਣੀ ਸੀਨੀਅਰ ਡਿਪਟੀ ਮੇਅਰ,
ਡਿਪਟੀ ਮੇਅਰ ਭੈਣ ਰਣਜੀਤਾ ਜੀ, ਹੋਰ ਇਲਾਕੇ ਦੇ ਸਾਰੇ ਪਤਵੰਤੇ ਸੱਜਣ ਜਿੰਨੇ ਇੱਥੇ ਮੌਜੂਦ ਆ, ਸਾਡੇ ਇੱਥੇ ਪਾਰਟੀ ਦੇ ਕੰਮ ਕਰ ਰਹੇ ਬੱਬੂ ਜੀ, ਕਿੱਧਰ ਗਿਆ, ਸੁਰਿੰਦਰ ਜੀ, ਸਾਰੇ ਸਾਥੀ ਜਿਹੜੇ ਆ ਅਸੀਂ ਇਲਾਕੇ ਦੇ ਵਿਕਾਸ ਦੇ ਲਈ। ਦੇਖੋ ਵਿਕਾਸ ਦੇ ਵਿੱਚ ਕਿਸੇ ਪਾਰਟੀ ਦਾ ਜਾਂ ਵਿਕਾਸ ਸਾਡਾ ਸਾਂਝਾ ਕੰਮ। ਸੋ 21,85,000 ਰੁਪਏ ਦੀ ਨਾਲ ਇਹ ਜਿਹੜਾ ਟਾਇਲ ਵਰਕਸ ਦਾ ਕੰਮ ਹੈ, ਮੈਨੂੰ ਲੱਗਦਾ ਇਸ ਇਲਾਕੇ ਦੀ ਜ਼ਰੂਰਤ ਵੀ ਆ, ਇੱਥੇ ਦੇ ਆਵਾਜਾਈ ਲਈ ਔਰ ਸੁੰਦਰਤਾ ਲਈ ਔਰ ਚੱਲਣ ਦੇ ਲਈ ਬਹੁਤ ਵਧੀਆ ਇਹ ਕੰਮ ਹੋਏਗਾ। ਔਰ ਸਾਰੇ ਅਫਸਰ ਸੇਵਾਵਾਂ ਨੂੰ ਵੀ ਮੈਂ ਪਹਿਲਾਂ ਕਹਿ ਚੁੱਕਾ ਜਿਹੜਾ ਠੇਕੇਦਾਰ ਹੈ ਔਰ ਜਗਰੂਪ ਉਹਨਾਂ ਨੂੰ ਕਹਿਣ ਡਿਆਂ ਵੀ ਅਸੀਂ ਇੱਕ ਗੱਲ ਰੱਖੀ ਆ ਵੀ ਕੁਆਲਿਟੀ ਵਰਕ ਲੈਣਾ ਹੈ ਬਿਲਕੁਲ, ਉਹਦੇ ਵਿੱਚ ਤੁਸੀਂ ਖੁਦ ਅੱਗੇ ਖੜ੍ਹੇ ਹੋ ਕੇ ਮਹੱਲੇ ਵਾਲਿਆਂ ਨੂੰ ਨਾਲ ਲੈ ਕੇ ਅੱਗੇ ਤੁਸੀਂ ਕੁਆਲਿਟੀ ਵਰਕ ਚੈੱਕ ਕਰੋ, ਤਾਂ ਕਿ ਕੰਮ ਮਾੜਾ ਨਾ ਹੋ। ਕੰਮ ਮਾੜਾ ਇਹ ਸਰਕਾਰ ਦੇ ਵਿੱਚ ਕਿਸੇ ਰੂਪ 'ਚ ਵੀ ਮਨਜ਼ੂਰ ਨਹੀਂ। ਮੈਂ ਇੱਕ ਗੱਲ ਤੁਹਾਨੂੰ ਖੁੱਲ੍ਹ ਕੇ ਕਹਿਣੀ ਚਾਹੁੰਦਾ, ਹਰੇਕ ਮੰਚ ਦੇ ਪਹਿਲਾਂ ਵੀ ਕਹਿ ਕੇ ਆ ਹੁਣ ਵੀ ਕਹਿਣੀ ਚਾਹੁੰਦਾ, ਪਰ ਇਹ ਜ਼ਿੰਮੇਵਾਰੀ ਜਿਹੜੀ ਹੈ ਨਿਭਾਉਣ ਲਈ ਜਿੱਥੇ ਕੌਂਸਲਰ ਸਾਹਿਬ ਨੂੰ ਮਹੱਲੇ ਵਾਲਿਆਂ ਨੂੰ ਖੁਦ ਅੱਗੇ ਆਉਣਾ ਪੈਣਾ। ਅਸੀਂ ਕੰਮ ਵਾਲਾ ਚੱਲਣ ਦੇਣਾ ਪਰ ਉਹ ਕੋਈ ਕੰਮ ਲੈਣਾ ਵਧੀਆ, ਜੋ ਸਰਕਾਰ ਦੀ ਰੇਸ਼ੋ ਹੈ, ਜੋ ਥੱਲੇ ਬੈੱਡ ਬਣਨਾ, ਜੋ ਉੱਤੇ ਪੈਣਾ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਖਿਆਲ ਹੈ ਇਲਾਕੇ ਦੇ ਕੌਂਸਲਰ ਨੇ ਔਰ ਲੋਕਾਂ ਨੇ ਖੁਦ ਨਾਲ ਰਲ ਕੇ ਲੱਗਣਾ ਔਰ ਉਹਨੂੰ ਸਹਿਯੋਗ ਵੀ ਕਰਨਾ ਆਪਾਂ, ਤਾਂ ਕਿ ਅਗਲਾ ਕੰਮ ਕਰੇ ਵਧੀਆ, ਉਹਦਾ ਹੌਸਲਾ ਵੀ ਵਧਾ, ਕੰਮ ਵਧੀਆ ਲੈਣਾ। ਸਰਕਾਰ ਵੱਲੋਂ ਕਿਤੇ ਵੀ 1 ਰੁਪਏ ਦਾ ਖਰਚਾ ਕਿਸੇ ਨਹੀਂ, ਕਿਸੇ ਨੂੰ ਵਿਗਾੜ ਨਹੀਂ ਹੈ ਜੀ। ਮੈਂ ਖੁੱਲ੍ਹ ਕੇ ਮੀਡੀਆ 'ਚ ਗੱਲ ਹਮੇਸ਼ਾ ਕਹਿੰਦਾ ਹੁਣ, ਇਸ ਗੱਲ ਦਾ ਖਿਆਲ ਜਿਹੜਾ ਅਸੀਂ ਸਾਰਿਆਂ ਦੇ ਰੱਖਣਾ, ਸਹਿਯੋਗ ਵੀ ਕਰਨਾ ਕਿਉਂਕਿ ਇਲਾਕੇ ਦੇ ਵਿਕਾਸ ਹੀ ਕਰਨਾ। ਬਹੁਤ ਬਹੁਤ ਧੰਨਵਾਦ ਕਰਦਾ, ਤੁਹਾਨੂੰ ਥੋੜ੍ਹੀ ਵੇਟ ਕਰਨੀ ਪਈ, ਅਸੀਂ ਬਹੁਤ ਸਾਰੇ ਉਦਘਾਟਨ ਸੀਗੇ, ਲੋਕਾਂ ਦੀ ਗੱਲ ਸੁਣਨੀ ਪੈਂਦੀ ਹੈ ਕਈ ਵਾਰੀ, ਕਿਤੇ ਕੋਈ ਉੱਥੇ ਜਾ ਕੇ ਅਗਲਾ ਕਹਿੰਦਾ ਨਹੀਂ ਜੀ 2 ਮਿੰਟ ਰੁਕ ਕੇ, ਉਸ ਕਰਕੇ ਟਾਈਮ ਲੱਗ ਜਾਂਦਾ, ਉਹਦੇ ਲਈ ਮੈਂ ਮਾਫ਼ੀ ਮੰਗਦਾ। ਅਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਭ ਨੂੰ ਰਾਮ ਰਾਮ, ਸਭ ਨੂੰ ਜੈ, ਬਹੁਤ ਬਹੁਤ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਜੀ ਦਾ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਲਗਾਤਾਰ ਵਾਰਡਾਂ ਦੇ ਵਿਕਾਸ ਦੇ ਕਰ ਰਿਹਾ, ਹਰ ਪਿੰਡਾਂ ਦੇ ਵਿਕਾਸ ਅਤੇ ਪੰਜਾਬ ਦੇ ਵਿਕਾਸ ਦਾ ਕੰਮ ਕਰ ਰਿਹਾ। ਔਰ ਵਾਰਡ ਨੰਬਰ 36 ਦੇ ਵਿੱਚ ਅੱਜ ਵੀ ਤਕਰੀਬਨ 16 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਕੰਮ ਦੀ ਸ਼ੁਰੂਆਤ ਹੋਈ ਹੈ, ਉਹਦੇ 'ਚ ਵਾਰਡ ਤੋਂ ਸਾਡੇ ਕੌਂਸਲਰ ਸਾਹਿਬਾਨ ਭੱਟੀ ਸਾਹਿਬ, ਮੇਅਰ ਸੁਰਿੰਦਰ ਕੁਮਾਰ ਛਿੰਦਾ ਜੀ, ਭੈਣ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਰਣਜੀਤਾ ਚੌਧਰੀ ਜੀ, ਹੋਰ ਇਲਾਕੇ ਦੇ ਸਾਰੇ ਬਹੁਤ ਪਤਵੰਤੇ ਸੱਜਣ ਦੇ ਮੌਜੂਦ ਹੈ ਔਰ ਇਲਾਕੇ ਦੇ ਵਿਕਾਸ ਲਈ ਅਸੀਂ ਸਾਰੇ ਰਲ ਮਿਲ ਕੇ ਡਟ ਕੇ ਕੰਮ ਕਰਦੇ ਰਹਾਂ, ਇਹ ਸਾਡਾ ਪੁਰਾਣਾ ਇਹ ਸਰਕਾਰ ਦੀ ਸੋਚ ਹੈ ਔਰ ਇਹਦੇ ਅਸੀਂ ਕੰਮ ਕਰਦੇ ਰਹਾਂਗੇ ਬਿਨਾਂ ਕਿਸੇ ਭੇਦਭਾਵ ਹਰੇਕ ਇਲਾਕੇ ਦੇ। ਧੰਨਵਾਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿ ਲਗਾਤਾਰ ਪੂਰੇ ਪੰਜਾਬ ਜਿਹੜੇ ਵਿਕਾਸ ਕਾਰਜ ਚੱਲ ਰਹੇ ਆ ਉਹਦੇ ਵਿੱਚ ਮੈਂ ਕਹਿ ਸਕਦਾ ਹੁਸ਼ਿਆਰਪੁਰ 'ਚ 30 ਕਰੋੜ ਤੋਂ ਜ਼ਿਆਦਾ ਦੇ ਕੰਮ ਅੱਜ ਤੱਕ ਹੋ ਰਿਹਾ। ਔਰ ਮੇਰੇ ਨਾਲ ਮੇਅਰ ਸੁਰਿੰਦਰ ਕੁਮਾਰ ਛਿੰਦਾ ਜੀ, ਇਲਾਕੇ ਤੋਂ ਕੌਂਸਲਰ ਲਗਾਤਾਰ ਬੰਦੇ ਆ ਰਹੇ, ਬਿੱਟੂ ਜੀ, ਪ੍ਰਦੀਪ ਬਿੱਟੂ, ਅਸੀਂ ਬਿੱਟੂ ਕਹਿ ਦਿੰਦੇ ਸਾਰੇ ਜਣੇ, ਧੀਰ ਸਾਹਿਬ ਸਾਡੇ ਐਕਸ ਕੌਂਸਲਰ ਹੈ, ਗੁਪਤਾ ਜੀ ਖੜ੍ਹੇ ਆ, ਮੈਂ ਸਾਰੇ ਸਾਥੀਆਂ ਦੇ ਅਤੇ ਇਲਾਕੇ ਦੇ ਸਾਰੇ ਲੋਕਾਂ ਦਾ ਸੂਤ ਸਾਹਿਬ ਨਾਲ ਬੜਾ ਅੱਛਾ ਉਪਰਾਲਾ, ਅੱਜ ਇਹਨਾਂ ਨੇ ਮੰਤਰੋਚਾਰਨ ਇਹਨਾਂ ਕਰਕੇ ਹੋਇਆ, ਪੰਡਿਤ ਜੀ ਨਾਲ ਖੜ੍ਹੇ ਆ, ਇਹਨਾਂ ਨੇ ਅੱਜ ਬੜੇ ਜਿਹੜੀ ਸਾਡੀ ਵੈਦਿਕ ਰੀਤੀ ਸੀਗੀ ਅੱਜ ਸਾਨੂੰ ਉਹ ਵੀ ਨਜ਼ਰ ਆਈ ਹੈ, ਪਹਿਲੀ ਵਾਰ ਆ ਕਿਸੇ ਉਦਘਾਟਨ ਦੇ, ਅੱਜ ਅਸੀਂ ਵੈਦਿਕ ਰੀਤੀ ਨਾਲ ਉਦਘਾਟਨ ਕੀਤਾ, ਮੈਂ ਤੁਹਾਡਾ ਧੰਨਵਾਦ ਕਰਦਾ, ਮੈਂ ਧੰਨਵਾਦ ਕਰਦਾ ਇਹਨਾਂ ਦਾ। ਔਰ ਤਕਰੀਬਨ 17 ਲੱਖ ਰੁਪਏ ਦੇ ਕੰਮ ਜਿਹੜੇ ਆ ਇੱਥੋਂ ਹੋਣਾ, ਅੱਜ ਫਰਸ਼ ਬਣਨਾ ਇੱਥੇ ਬਹੁਤ ਵਧੀਆ, ਕਿਉਂਕਿ ਸਭ ਤੋਂ ਪੁਰਾਣਿਕ ਸਥਾਨ ਸ਼ੀਤਲਾ ਮੰਦਰ ਜਿਹੜਾ ਹੈ ਸਾਡੇ ਲਈ ਸਾਰਾ ਹੀ ਬੜਾ ਪੂਜਨੀ ਹੈ, ਇੱਥੇ ਆ ਕੇ ਸ਼ੀਤਲਾ ਮਾਤਾ ਦੇ ਸਾਡੇ ਪੁਰਾਣਿਕ ਵਿਵਸਥਾ ਦੇ ਅਨੁਸਾਰ ਆ ਕੇ ਜੇ ਕਿਸੇ ਨੂੰ ਕੋਈ ਮਾਤਾ ਵਗੈਰਾ ਨਿਕਲ ਜਾਂਦੀ ਉਹਨੂੰ ਮੱਥਾ ਟਿਕਾਉਂਦੇ ਸੀ ਸਾਰੇ, ਤਾਂ ਇਹਦਾ ਬੜਾ ਵੱਡਾ ਇਤਿਹਾਸ ਹੈ, ਬਟ ਇੱਥੇ ਅਸੀਂ ਦੇਖ ਰਹੇ ਹਾਂ, ਇਹ ਮੇਰਾ ਖਿਆਲ ਹੈ ਵੀ
ਜੋ ਦੱਸਦੇ ਆ 300 ਸਾਲ ਪੁਰਾਣਾ ਜੋ ਦੱਸਦੇ ਆ। ਇਹਦੀਆਂ ਜੜ੍ਹਾਂ ਮੈਨੂੰ ਕੱਲ੍ਹ ਦੱਸਦੇ ਸੀ ਵੀ ਉਹ ਪਤਾ ਨਹੀਂ ਕਿਹੜੇ ਬਾਜ਼ਾਰ ਤੱਕ ਕਹਿ ਦੀਆਂ, ਵਕੀਲਾਂ ਬਾਜ਼ਾਰ ਤੋਂ ਵੀ ਬਾਹਰ ਜਾ ਕੇ ਨਿਕਲਿਆ, ਇੰਨਾ ਇਹਦਾ ਦਾਇਰਾ ਹੈ ਤਾਂ ਕਿੱਡਾ ਵਾਰਾ ਪ੍ਰੀਖਿਆ ਤੁਸੀਂ ਦੇਖ ਲਓ। ਔਰ ਇਤਿਹਾਸਿਕ ਸਥਾਨ ਹੈ, ਸੋ ਮੈਂ ਸੋਚਦਾ ਇੱਕ ਬੜਾ ਇਤਿਹਾਸਿਕ ਸਥਾਨ ਦੇ ਵਿੱਚ ਇਤਿਹਾਸਿਕ ਰੀਤੀ ਦੇ ਅਨੁਸਾਰ ਹੀ ਅੱਜ ਉਦਘਾਟਨ ਹੋਇਆ। 17 ਲੱਖ ਰੁਪਏ ਦੀ ਲਾਗਤ ਨਹੀਂ ਹੋਏਗਾ, 5 ਲੱਖ ਰੁਪਏ ਦੇ ਨਾਲ ਨਾਲ ਸੀਵਰੇਜ ਦੀ ਵਿਵਸਥਾ ਵੀ ਨਾਲ ਕੀਤੀ ਹੈ, ਤਕਰੀਬਨ 22 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਕੰਮ ਹੋਣਾ, ਹੋਰ ਵੀ ਜਿਹੜਾ ਇਲਾਕੇ 'ਚ ਕੋਈ ਚੀਜ਼ ਦੀ ਲੋੜ ਹੈ ਉਹਨੂੰ ਕਰਦੇ ਰਹਾਂਗੇ। ਸੋ ਕਿਸੇ ਵੀ ਚੀਜ਼ ਦੀ ਹੁਸ਼ਿਆਰਪੁਰ ਦੇ ਵਿੱਚ ਕਿਸੇ ਵੀ ਚੀਜ਼ ਦੀ ਆਪਣੇ ਵੱਲੋਂ ਕੋਸ਼ਿਸ਼ ਕਰਕੇ ਕਮੀ ਨਹੀਂ ਛੱਡਾਂਗੇ। ਥੋੜ੍ਹੀ ਲਾਈਟਾਂ ਦੀ ਵਿਵਸਥਾ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਅਸੀਂ ਉਹਦੇ ਵਿੱਚ ਮਾਲ ਰੋਡ, ਜ਼ਿਲ੍ਹਾ ਪਰਿਸ਼ਦ ਰੋਡ ਜਿੱਥੇ ਪੁਰਾਣਾ ਛੋਟਾ ਸਟੇਡੀਅਮ ਹੈ ਉਹਦੇ ਨਾਲ ਨਾਲ ਫੂਡ ਸਟ੍ਰੀਟ, ਹੋਰ ਉਹਦੇ ਨਾਲ ਨਾਲ ਹੁਣ ਤੁਹਾਡੇ ਕੰਮ ਚੱਲ ਰਿਹਾ ਪੁਲ ਦਾ, ਭੰਗੀ ਚੋਹ ਦਾ ਮਾਡਲ ਟਾਊਨ ਚੱਲ ਰਿਹਾ ਕੰਮ, ਸਾਰੇ ਸ਼ਹਿਰ ਨੂੰ ਅਸੀਂ ਇੱਕ ਵਿਵਸਥਿਤ ਤਰੀਕੇ ਦੇ ਨਾਲ ਬਹੁਤ ਸੋਹਣਾ ਤਰੀਕੇ ਨਾਲ ਕਰਾਂਗੇ। ਸੋ ਮੈਂ ਤੁਹਾਡੇ ਕੋਲ ਸਿਰਫ ਸਾਰਿਆਂ ਕੋਲ ਅਸ਼ੀਰਵਾਦ ਮੰਗਦਾ, ਪਿਆਰ ਮੰਗਦਾ ਕਿ ਅਸੀਂ ਆਪਣੇ ਸ਼ਹਿਰ ਨੂੰ ਹੋਰ ਸਾਫ਼ ਸੁਥਰਾ ਵਧੀਆ ਕਰਨ 'ਚ ਤੁਹਾਡੇ ਸਾਥ ਦੀ ਲੋੜ ਹੈ, ਅਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ। ਜੀ ਭਾਅ ਜੀ, ਅੱਜ ਜਿਹੜਾ ਉਦਘਾਟਨ ਜਿਹੜਾ ਨੀਂਹ ਪੱਥਰ ਜਿਹਾ ਹੁੰਦਾ ਉਹ ਵੀ ਇੱਕ ਉਹਦਾ ਕਾਰਨ ਹੀ ਹੁੰਦਾ ਵੀ ਇਹ ਚੀਜ਼ ਰਹਿੰਦੀ ਹੈ ਵੀ ਫਲਾਣੇ ਬੰਦੇ ਦਾ ਟਾਈਮ ਫਲਾਣੇ ਇਹ ਕੰਮ ਹੋਈ, ਕੋਈ ਉਹਦੇ 'ਚ ਬੁਰੀ ਗੱਲ ਨਹੀਂ। ਤਕਰੀਬਨ 10 ਲੱਖ ਰੁਪਏ ਤੋਂ ਉੱਤੇ ਜਾ ਕੇ ਜਿਹੜਾ ਕੰਮ ਹੁੰਦਾ ਉਹਦੇ ਵਿੱਚ ਜਾ ਕੇ ਤੁਸੀਂ ਜਿਹੜਾ ਹੈਗਾ ਅਸੀਂ ਉਹਨੂੰ ਕਿਹਾ ਵੀ ਉੱਥੇ ਬੜਾ ਉੱਥੇ ਕਾਰਨ ਕੀ ਹੁੰਦਾ। ਇੱਥੇ ਲੋਕਾਂ ਨੇ ਕਹਿਤਾ ਵੀ 13,000 ਦਾ ਪਾਣੀ ਪੀਣ ਵਾਲੇ ਕੂਲਰ ਦੇ ਉਦਘਾਟਨ ਦੀ ਗੱਲ ਕਰਦੀ, ਵੀ ਪਾਣੀ ਪੀਣ ਵਾਲਾ ਕੂਲਰ ਕੋਈ ਮਾੜੀ ਗੱਲ ਹੈ? ਜੇ ਮੈਂ ਉੱਥੇ ਗਿਆ ਤਾਂ ਇੰਨੀ ਦੁਨੀਆ ਨੂੰ ਤੁਹਾਡੇ ਸਾਹਮਣੇ ਮਿਲਦਾ ਪਿਆ, ਇਹਨਾਂ ਦੀ ਗੱਲ ਸੁਣਦਾ ਪਿਆ, ਇਹਨਾਂ ਦੀ ਗੱਲ ਕਰਕੇ ਕੋਸ਼ਿਸ਼ ਕਰਦਾ ਵੀ ਜਿਹਦਾ ਕੋਈ ਹੱਲ ਹੋ ਸਕਦਾ, ਕਿਸੇ ਦੇ ਘਰ 'ਚ ਕੋਈ ਦੁੱਖ ਤਕਲੀਫ ਹੈ, ਬੱਚੇ ਦੀ ਜਵਾਨ ਦੀ ਕਰੰਟ ਪੈ ਕੇ ਡੈਥ ਹੋ ਗਈ, ਅਤੇ ਉੱਥੇ ਸੁਣਨਾ ਕੋਈ ਮਾੜੀ ਗੱਲ ਹੈ? ਜੇ ਉੱਥੇ ਕਿਸੇ ਨੇ ਕੂਲਰ ਲਵਾਇਆ ਉਹਨੇ ਮੈਨੂੰ ਸੱਦਿਆ ਬੜੇ ਮਾਣ ਦੇ ਨਾਲ ਵੀ ਤੁਸੀਂ ਵੀ ਆਓ। ਸੋ ਇਹ ਤੁਸੀਂ ਦੇਖੋ, ਮੈਂ ਤਾਂ ਚਾਹੁੰਦਾ ਹਰੇਕ ਜਗ੍ਹਾ 'ਤੇ ਲੱਗੇ ਲੋਕ, ਹੋਰ ਅੱਗੇ ਆਉਣ ਸਾਡੇ ਜਾਣ ਦਾ, ਸਾਡੇ ਉੱਥੇ ਕਰਨ ਦਾ। ਔਰ ਇੱਥੇ ਕਿਉਂਕਿ ਅਸੀਂ ਸਾਨੂੰ ਲੋੜ ਇਸ ਕਰਕੇ ਨਹੀਂ ਪਈ ਵੀ ਇੱਥੇ ਵੈਦਿਕ ਰੀਤੀ ਨਾ ਮਾਤਾ ਦਾ ਦਰਬਾਰ ਹੈ, ਇੱਥੇ ਉਹਦੇ ਸ਼ੋਭਾ ਸਭ ਕੁਛ। ਸੋ ਮੈਂ ਸਾਰਿਆਂ ਦਾ ਵਾਧੂ ਧੰਨਵਾਦ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਪੰਜਾਬ ਦੇ ਵਿਕਾਸ ਲਈ ਹਰੇਕ ਪਿੰਡ ਹਰੇਕ ਵਾਰਡ ਦੇ ਵਿੱਚ ਕੰਮ ਚੱਲ ਰਿਹਾ, ਹਰੇਕ ਸ਼ਹਿਰ 'ਚ ਕੰਮ ਚੱਲ ਰਿਹਾ। ਔਰ ਉਸ ਸੰਬੰਧ ਦੇ ਵਿੱਚ ਵਾਰਡ ਨੰਬਰ ਅਸੀਂ 45 ਦੇ ਵਿੱਚ ਅੱਜ ਅਸੀਂ ਖੜ੍ਹੇ ਹਾਂ, ਤਕਰੀਬਨ 23-23 ਲੱਖ ਰੁਪਏ ਦੀ ਲਾਗਤ ਨਾਲ ਇੰਟਰਲੋਕਿੰਗ ਦੇ ਕੰਮ ਦਾ ਉਦਘਾਟਨ ਕੀਤਾ। ਕੌਂਸਲਰ ਸਾਹਿਬਾਨ ਮੌਕੇ 'ਤੇ ਸਾਡੇ ਨਾਲ ਹੈ, ਭੈਣ ਜੀ ਹੋਣੀ, ਅਵਤਾਰ ਸਿੰਘ ਕਪੂਰ ਜੀ ਸਾਡੇ ਭਾਈ ਸਾਹਿਬ ਨਾਲ ਹੈ, ਭੁਪਿੰਦਰ ਜੀ ਨਾਲ ਹੈ, ਔਰ ਭੈਣ ਪ੍ਰਵੀਨ ਸੈਣੀ ਜੀ ਸਾਡੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਾਡੀ ਰਣਜੀਤਾ ਚੌਧਰੀ ਜੀ, ਕੁਲਵਿੰਦਰ ਕਪੂਰ ਭੈਣ ਜੀ, ਮੈਂ ਤਾਂ ਕਪੂਰ ਸਾਹਿਬ ਨਾਲ ਲੈ ਦਿੱਤਾ, ਕੁਲਵਿੰਦਰ ਕਪੂਰ ਜੀ ਭੈਣ ਜੀ ਜਿਹੜੇ ਹਰ ਵੇਲੇ ਕੰਮ ਕਰਦੇ ਲੋਕਾਂ 'ਚ ਰਹਿ ਕੇ, ਉਹ ਵੀ ਮੌਜੂਦ ਆ। ਔਰ ਸਾਰੇ ਮੇਰੀ ਤਾਂ ਇੱਕੋ ਹੀ ਨਿਵੇਦਨ ਹੈ ਵੀ ਅਸੀਂ ਰਲ ਮਿਲ ਕੇ ਜਿਹੜਾ ਵਿਕਾਸ ਦਾ ਕੰਮ ਹੈ ਉਹ ਸਾਰਿਆਂ ਦਾ ਸਾਂਝਾ ਆ। ਸੋ ਉਹਦੇ ਵਿੱਚ ਜਿਹੜਾ ਹੈਗਾ ਸਰਕਾਰਾਂ ਤੋਂ ਉੱਤੇ ਉੱਠ ਕੇ ਵੀ ਉਹ ਕੰਮ ਜਿਹੜਾ ਹੈ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਉਸ ਹਰੇਕ ਨੂੰ ਅੱਗੇ ਆ ਕੇ। ਮੈਂ ਤਾਂ ਇਹ ਕਹੂੰਗਾ, ਅੱਜ ਅਸੀਂ ਸ਼ਹਿਰ ਦੇ ਵਿੱਚ ਲਗਾਤਾਰ ਮੈਂ ਕਹਿ ਸਕਦਾ ਤਕਰੀਬਨ 30 ਕਰੋੜ ਤੋਂ ਜ਼ਿਆਦਾ, ਪਹਿਲੀ ਸਰਕਾਰ ਹੋਣੀ ਜੇ 2.5 ਸਾਲ ਦੇ ਵਿੱਚ 30 ਕਰੋੜ ਤੋਂ ਜ਼ਿਆਦਾ ਕੰਮ ਹੋਏ ਘਰ, ਅੱਜ ਤੱਕ ਕਿਸੇ ਸਰਕਾਰ 'ਚ ਨਹੀਂ ਹੋਏ। 20 ਤੋਂ ਜ਼ਿਆਦਾ ਟਿਊਬਲ ਲੱਗੇ ਆ ਪੀਣ ਵਾਲੇ ਪਾਣੀ ਦੇ, ਅੱਜ ਤੱਕ ਕਿਸੇ ਸਰਕਾਰ 'ਚ ਨਹੀਂ ਲੱਗੇ ਅੱਜ ਤੱਕ। ਜੇ ਹੋ ਗਿਆ ਮਨਜ਼ੂਰ ਹਾਂ, ਇੱਕ ਕਪੂਰ ਸਾਹਿਬ ਦੇ ਏਰੀਆ ਦਾ ਵੀ ਮਨਜ਼ੂਰ ਹੈਗਾ 45 ਨੰਬਰ ਵਾਰਡ ਦਾ, ਉਹਨੂੰ ਵੀ ਜਲਦ ਲਾਵਾਂਗੇ। ਸੋ ਮੈਂ ਜਿੰਨੇ ਸਹਿਯੋਗੀ ਆ, ਕੈਪਟਨ ਸਾਹਿਬ ਖੜ੍ਹੇ ਆ, ਹੋਰ ਵੀ ਜਿਨ੍ਹਾਂ ਨੇ ਦਿਨ ਰਾਤ ਸਾਡੇ ਲਈ ਕੰਮ ਕੀਤਾ ਉਹ ਸਾਰੇ ਸਾਥੀ ਮੌਜੂਦ ਆ, ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ। ਅਸੀਂ ਰਲ ਮਿਲ ਕੇ ਸਾਰਿਆਂ ਨੇ ਅੱਗੇ ਨੂੰ ਵੀ ਇੱਦਾਂ ਕੰਮ ਕਰਨਾ। ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਸਭ ਨੂੰ।
ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿ ਪੰਜਾਬ 'ਚ ਜਿੱਥੇ ਜਿੱਥੇ ਵਿਕਾਸ ਦੀ ਲੋੜ ਹੈ, ਕਿਤੇ ਲਾਈਟਾਂ ਦੀ ਲੋੜ ਹੈ, ਕਿਤੇ ਡਿਵੈਲਪਮੈਂਟ ਦੇ ਕਿਸੇ ਵੀ ਕਿਸਮ ਦੀ ਲੋੜ ਹੈ, ਉੱਥੇ ਸਰਕਾਰ ਵੱਲੋਂ ਪੂਰੀ ਜਿਹਨੂੰ ਕਹਿੰਦੇ ਮਾਨਯੋਗ ਮੁੱਖ ਮੰਤਰੀ ਦਾ ਪੂਰਾ ਰੋਡ ਮੈਪ ਦਿੱਤਾ ਹੈ ਉਹਨਾਂ ਨੇ। ਜਿੱਦਾਂ ਕਿ ਆਹ ਜਿਹੜੀ ਰੋਡ ਸੀਗੀ, ਜਿੱਥੇ ਆਦਮਪੁਰ ਤੋਂ ਲੈ ਕੇ ਉਹਨਾਂ ਨੇ ਸਾਨੂੰ ਰੋਡ ਦਿੱਤੀ ਚੋਹਾਲ ਤੱਕ, ਇੱਕ ਵਾਰੀ ਕਹਿੰਦੇ ਉੱਥੇ 14 ਕਰੋੜ ਰੁਪਇਆ ਦਿੱਤਾ। ਉੱਥੇ ਆਹ ਜਿਹੜੀਆਂ ਲਾਈਟਾਂ ਸੀਗੀਆਂ, ਕਾਰਪੋਰੇਸ਼ਨ ਨੂੰ ਹਦਾਇਤ ਦਿੱਤੀ ਆ ਸੀਐਮ ਸਾਹਿਬ ਦੇ ਵੱਲੋਂ, ਸਾਡੇ ਸਾਰਿਆਂ ਵੱਲੋਂ, ਤੁਹਾਡੇ ਵੱਲੋਂ ਸੀਗਾ ਵੀ ਇਹ ਹਨੇਰਾ ਆ ਸਾਰਾ ਇਲਾਕਾ। ਔਰ ਅੱਜ ਇੱਥੇ ਤਕਰੀਬਨ ਆਪਾਂ ਜਿੰਨੀ ਕਿੰਨੀਆਂ ਲਾਈਟਾਂ ਲੱਗ ਰਹੀਆਂ ਬੇਟਾ, ਜ਼ਿਆਦਾ ਲੱਗ ਰਹੀਆਂ, ਇੱਧਰ ਆਓ ਬਾਈ, ਤਕਰੀਬਨ 47 ਲੱਖ ਦੀ ਲਾਗਤ ਦੇ ਨਾਲ 75 ਤੋਂ ਜ਼ਿਆਦਾ ਲਾਈਟਾਂ ਜਿਹੜੀਆਂ ਉਹ ਪੋਲਸ ਲੱਗ ਰਹੇ ਆ, ਔਰ ਲਾਈਟਾਂ 90 ਵਾਟ ਦੀ ਲਾਈਟ ਲੱਗੂਗੀ ਇੱਥੇ, ਜਿਹਦੇ ਨਾਲ ਕਿ ਇੱਥੋਂ ਜਾਣ ਵਾਲਾ, ਕਿਉਂਕਿ ਸਾਰਾ ਸ਼ਹਿਰ ਇੱਥੋਂ ਹੋ ਕੇ ਨਿਕਲ ਕੇ ਜਾਂਦਾ। ਈਵਨ ਦੈਨ ਕਿ ਜਿਹੜਾ ਬੰਦਾ ਜਲੰਧਰ ਤੋਂ ਲੁਧਿਆਣੇ ਤੋਂ ਕਿਤੋਂ ਵੀ ਆ ਰਿਹਾ, ਉਹਨੂੰ ਆਹੀ ਰਸਤਾ ਆਉਣਾ ਪੈਂਦਾ। ਔਰ ਮੈਂ ਸੋਚਦਾ ਵੀ ਇਸ ਇਲਾਕੇ ਨੂੰ ਖਾਸ ਤੌਰ 'ਤੇ ਸਾਡੇ ਜਿੰਨੇ ਵੀ ਵੀਰ ਮੇਰੇ ਅੰਬੇ ਵੈਲੀ ਵਾਲੇ ਵੀ ਸਾਰੇ ਇੱਥੇ ਮੌਜੂਦ ਹੈ, ਇਹਨਾਂ ਦਾ ਜਿਹੜਾ ਮੋਰਨਿੰਗ ਕਲੱਬ ਹੈ ਸਭ ਲੋਕ ਇੱਥੇ ਮੌਜੂਦ ਆ, ਸਾਰੇ ਸ਼ਹਿਰਦਾਰ, ਨਰੋਜੀਆਂ ਚੌਂਕ ਦੇ ਸਾਰੇ ਦੁਕਾਨਦਾਰ ਸਾਹਿਬਾਨ, ਸਾਰੇ ਸਾਥੀ ਇੱਥੇ ਮੌਜੂਦ ਆ। ਔਰ ਮੇਰੇ ਨਾਲ ਮੈਂ ਸ਼ਹਿਰ ਦੇ ਮੇਅਰ ਸੁਰਿੰਦਰ ਕੁਮਾਰ ਛਿੰਦਾ ਜੀ, ਭੈਣ ਪ੍ਰਵੀਨ ਸੈਣੀ ਜੀ ਸੀਨੀਅਰ ਡਿਪਟੀ ਮੇਅਰ, ਭੈਣ ਰਣਜੀਤਾ ਚੌਧਰੀ ਜੀ, ਹੋਰ ਮੇਰੇ ਸਾਥੀ ਵਿਰਦੀ ਜੀ, ਠਾਕਰ ਸਾਹਿਬ, ਅਜੇ ਰਾਣਾ ਜੀ, ਹੋਰ ਇੱਧਰ ਚੌਧਰੀ ਸਾਡੇ ਚੌਧਰੀ ਸਾਹਿਬ ਸੰਜੇ ਚੌਧਰੀ ਜੀ, ਉਹ ਸਾਰੇ ਸਾਥੀ ਇੱਥੇ ਮੌਜੂਦ ਆ। ਅਸੀਂ ਰਲ ਮਿਲ ਕੇ ਮੈਂ ਇਹਨਾਂ ਨੂੰ ਇੱਕ ਮੈਸੇਜ ਲਾਇਆ ਵੀ ਦੇਖੋ, ਕਿਸੇ ਨਾ ਕੋਈ ਬੰਦਾ ਕਿਸੇ ਪਾਰਟੀ ਦੇ ਨਾਲ ਕਿਸੇ ਨਾਲ ਹੋ ਸਕਦਾ, ਲੇਕਿਨ ਡਿਵੈਲਪਮੈਂਟ ਦੇ ਕੰਮ ਸਾਡੇ ਸਾਰੇ ਸਨ, ਅਸੀਂ ਡਿਵੈਲਪਮੈਂਟ ਨੂੰ ਐਪਰੀਸ਼ੀਏਟ ਕਰੀਏ, ਅਸੀਂ ਸਰਕਾਰ ਦੇ ਕੰਮ ਨੂੰ ਐਪਰੀਸ਼ੀਏਟ ਕਰੀਏ, ਅੱਛੇ ਕੰਮ ਨੂੰ ਕਰੀਏ, ਅਸੀਂ ਅੱਛੇ ਕੰਮ ਦੇ ਨਾਲ ਅੱਗੇ ਅੱਗੇ ਨਾਲ ਖੜ੍ਹੇ ਹੋਵਾਂਗੇ ਅਤੇ ਉਹਨਾਂ ਦਾ ਹੌਸਲਾ ਅਫਜਾਈ ਹੋ, ਹੋਰ ਕੰਮ ਕਰਨ ਦੀ ਕੋਸ਼ਿਸ਼ ਕਰੇਗੀ। ਸੋ ਮੈਂ ਬਹੁਤ ਬਹੁਤ ਜਿੰਨੇ ਵੀ ਇੱਥੇ ਸਾਥੀ ਮੌਜੂਦ ਆ, ਸਾਰੇ ਅਫਸਰ ਸਾਹਿਬਾਨ ਮੌਜੂਦ ਆ ਸਾਡੇ ਕਾਰਪੋਰੇਸ਼ਨ ਦੇ, ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ।